ਜਿਹੜਾ ਮੁੰਡਾ ਜੀ ਹੈ ਜੀ ਇਹ ਕੋਸਾ ਲੰਬਦਾ ਪੰਜਾਬ ਪੁਲਿਸ ਦੀ ਬਾਪ ਹੈ ਜਿਹੜਾ ਬਾਪ ਪੰਜਾਬ ਪੁਲਿਸ ਦੇ ਚੋਰ ਪਿੰਡ ਬਾਪ ਪੰਜਾਬ ਪੁਲਿਸ ਦਾ ਮੁਲਾਜ਼ਮ ਜੀ ਇਹਦਾ ਬਾਪ ਜਿਹੜਾ ਪੰਜਾਬ ਪੁਲਿਸ ਕਿਹੜੇ ਪੁਲਿਸ ਵਾਲੇ ਦਾ ਮੁੰਡਾ ਚੱਲ ਰਹਿਣਾ ਕਿੱਥੇ ਡੈਡੀ ਪੁਲਿਸ ਚ ਨੇ ਕਿੱਥੇ ਤੇਰੇ ਡੈਡੀ ਦਾ ਕੀ ਨਾਮ ਕੀ ਨਾਮ ਆ ਨਾਮ ਕੀ ਆ ਮੈਡਮ ਦਾ ਨਾਮ ਕੀ ਆ ਨਾਮ ਮੇਰਾ ਨਾਮ ਹਰਮਨਜੀਤ ਸਿੰਘ ਹੈ ਰਹਿਣੇ ਕਿੱਥੇ ਹੋ ਲੈਡੀ ਰੋਡ ਕੋਲ ਤੇਰੇ ਡੈਡੀ ਦਾ ਕੀ ਨਾਮ ਆ ਜਸਵਿੰਦਰ ਸਿੰਘ ਕਿੱਥੋਂ ਰਿਟਾਇਰ ਹੋਏ ਨੇ ਆਪਣੇ ਮਲੋਹ ਤੋਂ ਯਾਰ ਕਿੱਥੋਂ ਜੀ ਮਲੋਹ ਤੋਂ ਵੀਰੇ ਮਲੋਹ ਸੀਨੀਅਰ ਸਟਾਫ ਚ ਵੀ ਰਹੇ ਨੇ ਉਹ ਨਹੀਂ ਨਹੀਂ ਵੀਰੇ ਉਹਦੇ ਖੰਨੇ ਚ ਨਹੀਂ ਰਹੇ ਤੇ ਤੂੰ ਇਹ ਕੰਮ ਕਿਉਂ ਕੀਤਾ ਫਿਰ ਯਾਰ ਗਲਤੀ ਮੰਨ ਲਈ ਯਾਰ ਵੀਰੇ ਮੈਂ ਤਾਂ ਕੁਝ ਗਾਇ ਵੀ ਨਹੀਂ ਵੀ ਗਾਇਬ ਕਰਿਆ ਕੁਝ ਵੀ ਜੀ ਸ਼ਮਲ ਹਸਪਤਾਲ ਚੋਂ ਉਹਨੇ ਇੱਕ ਦਾ ਟਾਈਮ ਸੀ ਮੈਡਮ ਦਾ ਬੈਗ ਲੈ ਕੇ ਭੱਜਿਆ ਜੀ ਇਹ ਬੰਦਾ ਉਹ ਕੁਦਰਤੀ ਇਹਨਾਂ ਨੇ ਮੈਨੂੰ ਬੁਲਾ ਲਿਆ ਜੀ ਕਹਿੰਦੇ ਵੀਡੀਓ ਚੈੱਕ ਕਰੋ ਬੰਦਾ ਦੇਖੋ ਜੀ ਇਹ ਬੰਦਾ ਕੁਦਰਤੀ ਮੇਰੇ ਕੋਲ ਖੜਿਆ ਹੋਇਆ ਜੀ ਮੈਂ ਬੰਦਾ ਪਹਿਚਾਣ ਲਿਆ ਮੀਟ ਮਾਰਕੀਟ ਦੇ ਅੰਦਰੋਂ ਸਮਾਨ ਲੈ ਰਿਹਾ ਸੀ ਜੀ ਜਿਹਨਾਂ ਦੇ ਘਰੋਂ ਮੈਂ ਫੜਿਆ ਜੀ ਇਹਨੂੰ ਇਹ ਚਿੱਟਾ ਲੈ ਰਿਹਾ ਸੀ ਇਹਦੇ ਕੋਲ ਸਾਰਾ ਸਮਾਨ ਮਿਲਿਆ ਮੈਡਮ ਦੇ ਡਾਕਟਰੀ ਸਮਾਨ ਸੀ ਜੋ ਵੀ ਅਤੇ ਉਹਦੇ ਹੈੱਡਫੋਨ ਸੀ ਐਪਲ ਦੇ ਅਤੇ ਬੈਗ ਸੀ ਮੈਡਮ ਦਾ ਬਾਹਰੋਂ ਆਇਆ ਕਨੇਡਾ ਤੋਂ ਮੈਡਮ ਦਾ ਸਮਾਨ ਵਾਪਸ ਮਿਲ ਗਿਆ ਜੀ ਅਤੇ ਫੜ ਕੇ ਉਹਨੂੰ ਪੁਲਿਸ ਦੇ ਹਵਾਲੇ ਕਰਤਾ ਜੀ ਆਪਾਂ ਚੌਂਕੀ ਬਣਨੀ ਚਾਹੀਦੀ ਹੈ ਰੋਜ਼ ਦਾ ਕੰਮ ਹੋ ਗਿਆ ਜੀ ਮਹੀਨਾ ਪਹਿਲਾਂ ਇਹਨੇ ਪਹਿਲਾਂ ਵੀ ਚੋਰੀ ਕੀਤੀ ਹੈ ਮੈਡਮ ਦੀ ਅੱਜ ਦੂਜੀ ਵਾਰ ਫਿਰ ਇਹਨੇ ਕਰ ਲਈ ਜੀ ਮੋਟਰਸਾਈਕਲ ਚੋਰੀ ਹੋਏ ਮੁਜ਼ਾਰਨਾ ਭਰਨਾ ਪੈਂਦਾ ਜੀ ਵੀਰ ਜੀ ਕਿਆ ਕਰੀਏ ਪੂਰੀ ਸਖਤਾਈ ਕੀਤੀ ਵੀ ਹੈ ਕੋਈ ਨਾ ਕੋਈ ਰਾਤ ਨੂੰ ਦਾਲ ਟਕਾ ਕੇ ਲਾਈ ਜਾਂਦਾ ਜੀ